ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਆਪਾਂ ਸੰਸਥਾਵਾਂ ਦਾ ਜ਼ਿਕਰ ਜ਼ਰੂਰ ਕਰਨਾ ਹੈ ਪੰਥ ਨੂੰ ਇਕੱਠੇ ਹੋਣ ਦੀ ਲੋੜ ਕਿਉਂ ਹੈ ਅਸਲ ਦੇ ਵਿੱਚ ਸਾਡੇ ਚ ਘਾਟ ਕਿੱਥੇ ਕੋ ਹੈ ਇਸ ਵਿਸ਼ੇ ਤੇ ਮੈਂ ਕੁਝ ਬੇਨਤੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਨੇ ਪਹਿਲਾਂ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਜਥੇਦਾਰ ਸਾਫ ਦੀ ਜਿਹੜੀ ਉਹ ਸਪੀਚ ਹੈ ਉਹ ਤੇ ਸਾਰਿਆਂ ਨੇ ਤੁਸੀਂ ਸੁਣੀ ਲਈ ਹੋਣੀ ਆ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀ ਕੁਝ ਬਿਆਨ ਕੀਤਾ ਤੇ ਮੈਂ ਸਮਝਦਾ ਕਿ ਇਹ ਚੀਜ਼ਾਂ ਅੱਜ ਖੁੱਲ ਰਹੀਆਂ ਨੇ ਵੈਸੇ ਤੇ ਸੰਗਤ ਨੂੰ ਪਤਾ ਹੀ ਹੈ ਸਾਰੇ ਜਾਣੀ ਜਾਣਦੇ ਕੋਈ ਵੀ ਇਸ ਚੀਜ਼ ਤੋਂ ਵਾਂਝਾ ਨਹੀਂ ਹੈਗਾ ਪਰ ਫਿਰ ਵੀ ਕੁਝ ਅਜੀਹੀਆਂ ਚੀਜ਼ਾਂ ਨੇ ਪਿਆਰਿਓ ਜੋ ਅੱਜ ਹੋ ਰਹੀਆਂ ਨੇ ਸ਼ਾਇਦ ਇਹ ਬਹੁਤ ਸਮਾਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਬਹੁਤ ਸਮਾਂ ਪਹਿਲਾਂ ਇਹ ਚੀਜ਼ਾਂ ਖੁੱਲ ਜਾਣੀਆਂ ਚਾਹੀਦੀਆਂ ਸੀ ਜਨਤਕ ਹੋ ਜਾਣੀਆਂ ਚਾਹੀਦੀਆਂ ਸੀ ਜਿਸ ਨਾਲ ਬਹੁਤ ਜ਼ਿਆਦਾ ਫਾਇਦਾ ਹੋ ਜਾਣਾ ਸੀ ਬਹੁਤ ਜ਼ਿਆਦਾ ਫਾਇਦਾ ਚਲੋ ਅੱਜ ਵੀ ਆਏ ਦੇਰ ਆਏ ਦਰਸਤ ਆਏ ਚਲੋ ਅੱਜ ਵੀ ਜੇ ਬੋਲ ਰਹੇ ਨੇ ਤੇ ਬਹੁਤ ਚੰਗੀ ਗੱਲ ਹੈ ਜਥੇਦਾਰ ਸਾਹਿਬ ਕਹਿ ਰਹੇ ਨੇ ਸਾਡੀਆਂ ਕੁਝ ਸੰਸਥਾਵਾਂ ਸਰਕਾਰੀ ਹੱਥਾਂ ਦੇ ਵਿੱਚ ਚਲੀਆਂ ਗਈਆਂ ਨੇ ਸਾਨੂੰ ਇਨਸਾਫ ਨਹੀਂ ਦੇਣਾ ਕਿਸੇ ਨੇ ਸੰਸਥਾਵਾਂ ਨੂੰ ਝੋਲੀ ਅੱਡ ਕੇ ਇਕੱਠੇ ਹੋਣ ਦੀ ਅਪੀਲ ਹੈ ਕਿ ਭਾਈ ਸਾਨੂੰ ਦੇ ਦਿਓ ਦੇਖੋ ਅਸੀਂ ਅਪੀਲਾਂ ਵਰਗੇ ਰਹਿ ਗਏ ਅਪੀਲਾਂ ਕਰਨ ਯੋਗ ਹੀ ਰਹਿ ਗਏ ਸਾਡੀ ਕੌਮ ਕੀ ਸੀ ਤੇ ਅੱਜ ਕੀ ਹੋ ਗਈ ਮੈਂ ਪਹਿਲਾਂ ਵੀ ਬੇਨਤੀ ਕੀਤੀ ਅਸੀਂ ਦੂਸਰਿਆਂ ਦੀਆਂ ਧੀਆਂ ਭੈਣਾਂ ਨੂੰ ਸੁਰੱਖਿਅਤ ਛਡਾ ਕੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਘਰ-ਘਰ ਪਹੁੰਚਾਉਂਦੇ ਰਹੇ ਹਾਂ ਤੇ ਸਾਡੇ ਕਿਸੇ ਸੀ 12 ਵਜੇ ਵੀ ਕਿਤੇ ਸਿੰਘ ਨਾ ਆ ਜਾਣ ਸਰਦਾਰ ਨਾ ਆ ਜਾਣ ਪਰ ਅੱਜ ਉਸ ਚੀਜ਼ ਨੂੰ ਮਜ਼ਾਕੀਆ ਲਹਿਜੇ ਦੇ ਵਿੱਚ ਲਿਆ ਜਾਂਦਾ ਹੈ ਕੁਝ ਸਾਡੇ ਨਕਲੀ ਸਿੱਖਾਂ ਕਰਕੇ ਤੇ ਅੱਜ ਸਾਨੂੰ ਜਿੱਥੇ ਪਹਿਚਾਣ ਬਣਾਇਆ ਗਿਆ ਸੀ ਕਿ ਸ਼ਸਤਰਧਾਰੀ ਨੇ ਇਹਨਾਂ ਤੋਂ ਕੋਈ ਖਤਰਾ ਨਹੀਂ ਹੈਗਾ ਇਹ ਇੱਜ਼ਤ ਦੇ ਸਾਹਮਣੇ ਜਾਂ ਫਿਰ ਇਹਨਾਂ ਤੋਂ ਦੇਸ਼ ਨੂੰ ਖਤਰਾ ਨਹੀਂ ਹੈਗਾ ਸਗੋਂ ਦੇਸ਼ ਦੀ ਰੱਖਿਆ ਕਰਨ ਵਾਸਤੇ ਨੇ ਸਾਨੂੰ ਹੀਰੋ ਬਣਾਇਆ ਗਿਆ ਸੀ ਪਰ ਅੱਜ ਅਸੀਂ ਉਹਨੇ ਹੀ ਜ਼ੀਰੋ ਹੋ ਗਏ ਸਾਨੂੰ ਆਪਣੇ ਹੱਕ ਮੰਗਣ ਦੇ ਲਈ ਸਾਨੂੰ ਨੰਗੇ ਹੋਣਾ ਪੈਂਦਾ ਮੈਨੂੰ ਮਾਫ਼ ਕਰਿਓ ਪਿੰਡੇ ਨੰਗੇ ਕਰਕੇ ਅਸੀਂ ਧਰਨਿਆਂ ਤੇ ਬੈਠਦੇ ਹਾਂ ਦਿੱਲੀ ਧਰਨਿਆਂ ਦੇ ਵਿੱਚ ਵੀ ਸਾਡੇ ਬਜ਼ੁਰਗ ਬਾਪੂ ਨੰਗੇ ਪਿੰਡੇ ਕਰਕੇ ਬੈਠੇ ਰਹੇ ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਅਜਿਹੀ ਕੁਝ ਹੋਇਆ ਤੇ ਸਾਡੀ ਕੌਮ ਜਿਹੜੀ ਸ਼ਸਤਰਧਾਰੀ ਤੇ ਉੜੀ ਚੜ੍ਹਦੀ ਕਲਾ ਵਾਲੀ ਕੌਮ ਸੀ ਜਿਹੜੀ ਨਕਾਰਾ ਕੌਮ ਨਹੀਂ ਸੀ ਪਰ ਅੱਜ ਉਹ ਨਕਾਰਾ ਬਣ ਚੁੱਕੀ ਉਹ ਅੱਜ ਕੌਮ ਜਿਹੜੀ ਹੈ ਉਹ ਨਚਾਰਾਂ ਦੀ ਕੌਮ ਬਣ ਗਈ ਜਿਹੜੀ ਕਦੇ ਸਿੰਘਾਂ ਤੇ ਸ਼ਸਤਰਧਾਰੀਆਂ ਦੀ ਕੌਮ ਮੰਨੀ ਜਾਂਦੀ ਸੀ ਕੁਝ ਵੀ ਹੈਗੇ ਨੇ ਹਜੇ ਕਣ ਜਿਹੜੇ ਬੰਦਗੀ ਵਾਲੇ ਸ਼ਸਤਰਧਾਰੀ ਤਿਆਰ ਪਰ ਤਿਆਰ ਸਿੰਘ ਪਰ ਬਹੁਤੇ ਨਹੀਂ ਮੈਂ ਕਹਿ ਸਕਦਾ ਅੱਜ ਤੇ ਮੈਨੂੰ ਹੈਰਾਨਗੀ ਹੋਈ ਇੱਕ ਨਗਰ ਦੇ ਵਿੱਚ ਅੰਮ੍ਰਿਤ ਸੰਚਾਰ ਕਰਨਾ ਸੀ ਤੇ ਨਗਰ ਕੀਰਤਨ ਵੀ ਉਹਨਾਂ ਨੇ ਕਰਨਾ ਸੀ ਪਹਿਲਾ ਨਗਰ ਕੀਰਤਨ ਹੋਣਾ ਸੀ ਤੇ ਹੈਰਾਨਗੀ ਹੋਈ ਕਿ ਇੱਕ ਪਿੰਡ ਦੇ ਵਿੱਚੋਂ ਇੱਕ ਨਗਰ ਦੇ ਵਿੱਚੋਂ ਪੰਜ ਅੰਮ੍ਰਿਤਧਾਰੀ ਸਿੰਘ ਨਹੀਂ ਲੱਭੇ ਬੜੀ ਹੈਰਾਨਗੀ ਕਿ ਜੀ ਪੰਜ ਪਿਆਰੇ ਕਿਨੂੰ ਸਜਾਈਏ ਪੰਜ ਪਿਆਰਿਆਂ ਦੇ ਵਿੱਚ ਕੀ ਦੀ ਸੇਵਾ ਲਈਏ ਤੇ ਫਿਰ ਨਾਲ ਦੇ ਪਿੰਡੋਂ ਤੇ ਫਿਰ ਉਸ ਤੋਂ ਅਗਲੇ ਪਿੰਡੋਂ ਚਾਰ ਪੰਜ ਪਿੰਡਾਂ ਚੋਂ ਸਿੰਘ ਜਿਹੜੇ ਇਕੱਠੇ ਕੀਤੇ ਗਏ ਸਾਨੂੰ ਪੰਜ ਪਿਆਰੇ ਬਣਾਉਣ ਵਾਸਤੇ ਸਜਾਉਣ ਵਾਸਤੇ ਤੇ ਪਿਆਰੇ ਉਹ ਪੰਜ ਗੁਰਸਿੱਖ ਨਹੀਂ ਲੱਭਦੇ ਵੇਖੋ ਹਾਲਾਤ ਇਹੋ ਜਿਹੇ ਹੋ ਗਏ ਜਿਸ ਗੱਲ ਦੇ ਵਿੱਚ ਝੁੱਠਲਾਈਏ ਤੇ ਦੱਸੋ ਜੀ ਗੁਰਮਖੋ ਇਹੋ ਜਿਹੇ ਹਾਲਾਤ ਬਣ ਗਏ ਮੈਂ ਬੇਨਤੀ ਕਰਾਂ ਅੱਜ ਸਾਡੀਆਂ ਸੰਸਥਾਵਾਂ ਸਰਕਾਰੀ ਹੱਥਾਂ ਦੇ ਵਿੱਚ ਚਲੀਆਂ ਗਈਆਂ ਅੱਜ ਜਥੇਦਾਰ ਸਾਹਿਬ ਕਹਿ ਰਹੇ ਨੇ ਸੋ ਗੁਰਮਖੋ ਕਦੇ ਇਹਨਾਂ ਲੋਕਾਂ ਨੂੰ ਪੁੱਛੋ ਕਿ ਤੁਸੀਂ ਤੇ ਸ਼੍ਰੋਮਣੀ ਕਮੇਟੀ ਵੀ ਸਰਕਾਰੀ ਹੱਥਾਂ ਦੇ ਵਿੱਚ ਕਰਤੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਵੀ ਸਰਕਾਰੀ ਹੱਥਾਂ ਦੇ ਵਿੱਚ ਕਰਤੀ ਅਸੀਂ ਤੁਹਾਡੇ ਤੋਂ ਬਹੁਤ ਕੁਝ ਪੁੱਛਣਾ ਹੈ ਪਰ ਅਸੀਂ ਕਿਉਂ ਨਹੀਂ ਪੁੱਛ ਪਾ ਰਹੇ ਅਸੀਂ ਚੁੱਪ ਬੈਠੇ ਆ ਅਸੀਂ ਚੁੱਪਾਂ ਕਿਉਂ ਅਸੀਂ ਬੋਲਣਾ ਨਹੀਂ ਚਾਹੁੰਦੇ ਜੇ ਕੋਈ ਬੋਲਦਾ ਤੇ ਉਹਦੇ ਤੇ ਕਾਰਵਾਈਆਂ ਹੋ ਜਾਂਦੀਆਂ ਨੇ ਜੇ ਕਿ ਉਹ ਕਿ ਉਹ ਕੇ ਪੁੱਛਦੇ ਹੋ ਅਤੇ ਕਾਰਵਾਈਆਂ ਕਰ ਦਿੱਤੀਆਂ ਜਾਂਦੀਆਂ ਨੇ ਬੜੀ ਹੈਰਾਨਗੀ ਦੀ ਗੱਲ ਐ ਗੁਰਮਖੋ ਯਾਦ ਰੱਖਿਓ ਇਹੋ ਹੀ ਤੇ ਗੁਲਾਮੀ ਐ ਅੱਜ ਜਥੇਦਾਰ ਸਾਹਿਬ ਕਹਿੰਦੇ ਸਾਡੀਆਂ ਸੰਸਥਾਵਾਂ ਸਰਕਾਰੀ ਹੱਥਾਂ ਦੇ ਵਿੱਚ ਚਲੀਆਂ ਗਈਆਂ ਸਾਨੂੰ ਝੋਲੀ ਅੱਡ ਕੇ ਮੰਗਣ ਦੀ ਲੋੜ ਐ ਤੇ ਯਾਦ ਰੱਖਿਓ ਜੇ ਝੋਲੀ ਅੱਡ ਕੇ ਮੰਗਣ ਦੀ ਉਹ ਗੱਲ ਤੇ ਆਉਣੇ ਹੋ ਤੇ ਯਾਦ ਰੱਖੋ 1947 ਦਾ ਇਨਸਾਫ ਨਹੀਂ ਮੰਗਿਆ ਅਸੀਂ ਝੋਲੀਆਂ ਅੱਡਕੀ ਮੰਗਦੇ ਆ ਰਹੇ ਆਂ 1984 ਦਾ ਇਨਸਾਫ ਮਿਲ ਗਿਆ ਤੇ ਜਿਹੜਾ ਝੋਲੀਆਂ ਅੱਡ ਕੇ ਅਸੀਂ ਅਤਵਾਦ ਦੇ ਵਿੱਚ ਅਤਵਾਦੀ ਕਹਿ ਕੇ ਨੌਜਵਾਨ ਖਤਮ ਕਰ ਦਿੱਤੇ ਗਏ ਮਾਰ ਦਿੱਤੇ ਗਏ ਉਹਨਾਂ ਦੇ ਇਨਸਾਫ ਮਿਲ ਗਏ ਨਹੀਂ ਨਾ ਮਿਲੇ ਔਰ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਸਿਰਸੇ ਵਾਲੇ ਸਾਧ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਉਹਦਾ ਇਨਸਾਫ ਮਿਲ ਗਿਆ 2007 ਦੀ ਘਟਨਾ ਦਾ ਇਨਸਾਫ ਮਿਲ ਗਿਆ ਨਹੀਂ ਮਿਲਣਾ ਇਨਸਾਫ ਨਹੀਂ ਮਿਲਦਾ ਤੇ ਪਿਆਰਿਓ ਯਾਦ ਰੱਖਿਓ ਅੱਜ ਇਹਨਾਂ ਚੀਜ਼ਾਂ ਨੂੰ ਕਰ ਰਹੇ ਆ ਇਹ ਚੀਜ਼ਾਂ ਬਹੁਤ ਸਮਾਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਅੱਜ ਭਗਵੰਤ ਮਾਨ ਕੇਜਰੀਵਾਲ ਇੱਕ ਮੌਕਾ ਦਿਓ ਜੀ ਆ ਦੇਤਾ ਮੌਕਾ ਤੇ ਹਾਲੇ ਤੱਕ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਵੀ ਦਾ ਇਨਸਾਫ ਨਹੀਂ ਹੋਇਆ ਬੰਦੀ ਸਿੰਘਾਂ ਤੇ ਇੱਕ ਵੀ ਵਾਰ ਨਹੀਂ ਬੋਲਿਆ ਗਿਆ ਚਾਹੇ ਕੇਜਰੀਵਾਲ ਹੋਵੇ ਤੇ ਚਾਹੇ ਉਹ ਕੋਈ ਹੋਰ ਹੋਵੇ ਤੇ ਇੱਕ ਗੱਲ ਯਾਦ ਰੱਖਿਓ ਇਹ ਲੋਕ ਸਿਰਫ ਮਤਲਬ ਪ੍ਰਸਤ ਨੇ ਮਤਲਬ ਪ੍ਰਸਤ ਮਤਲਬ ਲੈ ਲਿਆ ਤੁਹਾਡੇ ਤੋਂ ਤੁਸੀਂ ਕੌਣ ਤੇ ਮੈਂ ਕੌਣ ਸਾਰੇ ਇਦਾਂ ਹੀ ਨਿਕਲ ਜਾਂਦਾ ਟਮਟਮ ਅੱਜ ਪੰਜਾਬ ਦੇ ਨਾਲ ਉਹੀ ਉਹ ਗੱਲ ਹੋ ਗਈ ਜਿੱਥੇ ਕਹਿੰਦੇ ਸੀ 2 ਹਫ਼ਤਿਆਂ ਦੇ ਵਿੱਚ ਇਨਸਾਫ਼ ਦੇ ਦੇਾਂਗੇ ਨਸ਼ੇ ਦਾ ਲੱਕ ਤੋੜ ਦੇਾਂਗੇ ਆ ਤੋੜਤਾ ਲੱਕ ਤੇ ਨਾ ਇਨਸਾਫ਼ ਦਿੱਤਾ ਕੁਝ ਵੀ ਨਹੀਂ ਹੋਇਆ ਜਥੇਦਾਰ ਸਾਹਿਬ ਕਹਿੰਦੇ ਇਕੱਠੇ ਹੋਣਾ ਤੇ ਠੀਕ ਐ ਮੈਂ ਇਸ ਫੀਲ ਨੂੰ ਸਹੀ ਮੰਨਦਾ ਕੱਤਰ ਧੋਵ ਸਾਡੇ ਵਿੱਚ ਵੀ ਘਾਟਾਂ ਨੇ ਜੇ ਇੱਕ ਬੰਦਾ ਸਹੀ ਕਰ ਦੇ ਤਿੰਨ ਜਾਣੇ ਉਹਦੇ ਲੱਤਾਂ ਖਿੱਚਣ ਆਲੇ ਆ ਜਾਂਦੇ ਨੇ ਇਕੱਤਰਤ ਹੋਵੋ ਜੀ ਸਦਕੇ ਹੋਵੋ ਆਪਣੇ ਆਪਣੇ ਗਿਲੇ ਸ਼ਿਕਵੇ ਪਗਲਾ ਕੇ ਇਕੱਤਰਤ ਹੋਵੋ ਸਾਡੀਆਂ ਸੰਸਥਾਵਾਂ ਇਥੋਂ ਤੱਕ ਕੇ ਅਕਾਲ ਤਖਤ ਸਾਹਿਬ ਦੀ ਮਰਜ਼ਾ ਦਾ ਵੀ ਸਰਕਾਰੀ ਹੱਥਾਂ ਦੇ ਵਿੱਚ ਚਲੀ ਗਈ ਸਜਣੋ ਯਾਦ ਰੱਖਿਓ ਕੁਝ ਸਮਾਂ ਹੋਰ ਨਾ ਬੋਲੇ ਤੇ ਪੂਰੀ ਤਰ੍ਹਾਂ ਪ੍ਰੋਪਰ ਇਹ ਅਸੀਂ ਆਪਣੇ ਹੱਥੋਂ ਗਵਾ ਬੈਠਾਂਗੇ ਆਪਣੇ ਹੱਥੋਂ ਗਵਾਦਾਂਗੇ ਅਸੀਂ ਦੂਜੀ ਬੇਨਤੀ ਸਾਧ ਸੰਗਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਰਾਜਨੀਤੀ ਇੱਕ ਇਹੋ ਜੀ ਚੀਜ਼ ਹੈ ਰਾਜਨੀਤੀ ਘੋੜਾ ਹੈ ਤੇ ਧਰਮ ਅਸਵਾਰ ਹੈ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਕਾਇਮ ਰੱਖਣਾ ਹੈ ਪਰ ਅੱਜ ਉਲਟ ਹੋ ਗਿਆ ਧਰਮ ਨੂੰ ਘੋੜਾ ਬਣਾਤਾ ਤੇ ਰਾਜਨੀਤੀ ਨੂੰ ਅਸਵਾਰ ਬਣਾਤਾ ਤੇ ਅਬ ਜਿੱਧਰ ਜੀ ਕਰਦਾ ਉਧਰ ਹੀ ਅਸੀਂ ਦਵੱਲੀ ਫਿਰਦੇ ਆਂ ਆਪੋਂ ਆਪਣੇ ਤਰੀਕੇ ਨਾਲ ਸਾਧ ਸੰਗਤ ਜੱਥੇਦਾਰ ਸਾਹਿਬ ਦੀ ਇਹ ਗੱਲ ਬਿਲਕੁਲ ਸਹੀ ਹੈ ਕਿ ਸੰਸਥਾਵਾਂ ਸਰਕਾਰੀ ਹੱਥਾਂ ਵਿੱਚ ਚਲੀਆਂ ਗਈਆਂ ਪਰ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣੀ ਪੈਣੀ ਹੈ ਜੇ ਸ਼੍ਰੋਮਣੀ ਕਮੇਟੀ ਆਜ਼ਾਦ ਨਾ ਹੋਈ ਤੇ ਸ਼ਾਇਦ ਬਹੁਤ ਮੁਸ਼ਕਲ ਹੋਊਗੀ। ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੋਣਾ ਸਾਹਿਬ ਵਾਲੇ ਜਦੋਂ ਮਹੰਤਾ ਨੂੰ ਗੁਰੂ ਘਰਾਂ ਚੋਂ ਕੱਢਿਆ ਗਿਆ ਕਿਨੇ ਬਾਬਾ ਜੀ ਮਹੰਤਾ ਨੂੰ ਗੁਰੂ ਘਰਾਂ ਚੋਂ ਕੱਢਦਾ ਤੇ ਹੁਣ ਜਿਹੜਾ ਪ੍ਰਬੰਧ ਹੈ ਉਹ ਆਪਣੇ ਵਾਲਿਆਂ ਕੋਲ ਹੈ। ਬਾਬਾ ਜੀ ਕੁਝ ਨਹੀਂ ਬੋਲੇ। ਫੇਰ ਪੁੱਛਿਆ ਕਹਿੰਦੇ ਬਾਬਾ ਜੀ ਤੁਸੀਂ ਕੁਝ ਬੋਲੇ ਨਹੀਂ ਕਹਿੰਦੇ ਭਾਈ ਮਹੰਤ ਤਾਂ ਨਿਕਲ ਗਏ ਉਹਨਾਂ ਨੂੰ ਕੱਟਦਾ ਪਰ ਆਪਣੇ ਵਾਲਿਆਂ ਨੂੰ ਕੱਢਣਾ ਬਹੁਤ ਮੁਸ਼ਕਲ ਹੋ ਜਾਊਗਾ ਇਹ ਨਹੀਂ ਨਿਕਲਨੇ ਉਹੀ ਗੱਲ ਹੋ ਗਈ ਖੈਰ ਅੱਜ ਇਕੱਤਰਤ ਹੋਈਏ ਆਪਣੇ ਗਿਲੇ ਸ਼ਿਕਵੇ ਜੋ ਜੱਦੀ ਨੇ ਉਹਨਾਂ ਨੂੰ ਪੁਲਾ ਕੇ ਇਕੱਤਰਤ ਹੋਈਏ ਕੌਮ ਦੇ ਮਸਲਿਆਂ ਤੇ ਇੱਕ ਹੋ ਕੇ ਬੋਲੀਏ ਤਾਂ ਜੋ ਐਨਐਸਏ ਵਰਗੀਆਂ ਕਟਨਾਮਾਂ ਅਮਰਤਪਾਲ ਵਰਗਿਆਂ ਨੂੰ ਡਿਬਰੂਗੜ੍ਹ ਜੇਲ੍ਹ ਸਾਡੇ ਪੰਜਾਬ ਚੋਂ ਨਸ਼ਾ ਖਤਮ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਕੋਟਕਪੂਰਾ ਗੋਲੀकांड ਬੰਦੀ ਸਿੰਘਾਂ ਦੀ ਰਿਹਾਈ ਇਸ ਤੇ ਆਪਾਂ ਚਰਚਾ ਕਰ ਸਕੀਏ ਤੇ ਸਰਕਾਰ ਨੂੰ ਘੇਰ ਸਕੀਏ ਕਹਿ ਸਕੀਏ ਕਿ ਭਾਈ ਸਾਨੂੰ ਇਨਸਾਫ਼ ਦਿਓ ਇਹ ਸਾਡਾ ਹੱਕ ਹੈ ਭੀਖ ਨਹੀਂ ਮੰਗ ਰਹੇ ਅਸੀਂ ਅਦਕ ਆਰੇ ਸਾਡਾ ਸਾਨੂੰ ਦਿਓ ਇਹ ਚੀਜ਼ ਸੋ ਪਿਆਰਿਓ ਇਕਤਰਤ ਹੋਈਏ ਤੇ ਜਿਹੜੇ ਪਹੁੰਚ ਰੱਖਦੇ ਨੇ ਸਰਕਾਰਾਂ ਤੱਕ ਉਹ ਵੀ ਆਪਣੀ ਬੇਨਤੀ ਕਰਨ ਆਪਣਾ ਸਿੱਖ ਹੋਣ ਦਾ ਫਰਜ਼ ਅਦਾ ਕਰਨ ਇਹ ਨਹੀਂ ਵੀ ਦਸਤਾਰ ਸੁਧਾਲੀ ਅਮਰਤ ਸ਼ਾਹ ਕਿਹਾ ਤੁਹਾਡੀ ਡਿਊਟੀ ਖਤਮ ਹੋ ਗਈ ਜੀ ਤੁਹਾਡੀ ਡਿਊਟੀ ਖਤਮ ਨਹੀਂ ਹੋਈ ਜਿੰਨਾ ਚਿਰ ਹਾਂ ਦਾ ਨਾਰਾ ਜਿੱਥੇ ਲੋੜ ਪਊਗੀ ਮਾਰਨਾ ਪੈਣਾ ਹੈ ਉਹਨਾਂ ਚਿਰ ਤੁਹਾਡੀ ਡਿਊਟੀ ਚੱਲਦੀ ਰਹੂਗੀ ਨਹੀਂ ਤੇ ਤੁਸੀਂ ਸਿੱਖ ਨਾ ਕਹਾਓ ਤੁਹਾਨੂੰ ਕੋਈ ਅਧਿਕਾਰ ਨਹੀਂ ਹੈਗਾ ਸੋ ਪਿਆਰੇ ਉਹ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ